আসসালামু আলাইকুম জি দোস্তো سناও কে হাল চালা میرا اکثر দোস্ত ভাই ঠিকঠাক ہونگے আচ্ছা জি দোস্তো کافی سارے مصروف یاد دی وجہ تو دو তিন দিন ਹੋ گئے جڑی ভিডিও اپلوڈ वगैरह नहीं मैं कर सक्या কودی وجہ এসি কে میرا موبائل ਜਿਹੜਾ ਉਹ گم ਹੋ ਗਿਆ ਸੀ ਹੁਣ ਨਿਊ موبائل ਜਿਹੜਾ ਉਹ ਲਿਆ ਹੋਵੇ ਮੈਂ चलो দোਸਤਾਂ ਨੂੰ আপডেট শেয়ার ਕਰ দেনে ہاں ইসलिए मेरे को वीडियो ऐसन लेकिन मोबाइल दी वजह तू सारा डाटा ਜਿਹੜਾ ਉਹ ক্র্যাশ ਹੋ ਗਿਆ મતલਬ ਕੇ জানਦਾ ਰਹਾ تے لحاظ দোস্ত ایک ভিডিও بنائی ਸੀ ਮੈਂ यकम پہلی তারিখ ਦੇ ਉਪਰ ਕੀ ਪਹਿਲੀ ਤਰੀਕ ਨੂੰ ਜਿਸ ਤਰ੍ਹਾਂ ਕਿ ਉਹਨਾਂ ਕਿਆਸੀਕ ਡੀਜ਼ਲ ਦੀਆਂ ਕੀਮਤਾਂ ਘਟਾਉਣੀਆਂ ਆ ਉਹਦੇ ਨਾਲ ਨਾਲ ਟਰੈਕਟਰ ਦੀਆਂ ਕੀਮਤਾਂ ਵੀ ਘਟਾ ਹੋਣੀਆਂ ਲੇਕਿਨ ਟਰੈਕਟਰ ਦੀ ਜਿਹੜੀ ਕੀਮਤਾਂ ਸਪ੍ਰਾਈਸ ਸੀ ਉਹਦੇ ਵਿੱਚ ਕਮੀ ਉਹਨਾਂ ਨਹੀਂ ਕੀਤੀ। ਇਸ ਵੀਡੀਓ ਵਿੱਚ ਥੋੜੀ ਤੁਹਾਨੂੰ ਅਪਡੇਟ ਦੇਣਾ ਫਿਲਹਾਲ ਜਿਹੜੀ ਉਹਨਾਂ ਕੀਮਤਾਂ 'ਚ ਅਪਡੇਟ ਬਦਲ ਕੇ ਪੈਸਿਆਂ ਦੇ ਵਿੱਚ ਉਹਨਾਂ ਘਟਾ ਨਹੀਂ ਕੀਤੇ ਅਗੇ ਪੈਸੇ ਉਹਨਾਂ ਜਿਹੜੇ ਜਿਹੜਾ ਪਹਿਲਾ ਰੇਟ ਚੱਲ ਰਿਹਾ ਸੀ ਉਹਨਾਂ ਐਂ ਕੱਟ ਕੀਤਾ ਹੈਗਾ। ਉਹ ਅਗਲੇ ਰੇਟ ਤੇ ਜਿਹੜਾ ਵੀ ਤੁਹਾਨੂੰ ਟਰੈਕਟਰ ਜਿਹੜਾ ਮਿਲ ਜਾਵੇ। तो फिलहाल उन्हें कहा कि जो शाम तक अँ दस दें शाम तक पता चल जाएगा या सुबह तक जरा नैक्सट पता चल जाएगा ठीक है लेकिन वह तो बाद भी कोई अपडेट वगैरह नहीं मिली हैगी देखो दोस्तों जी लाख तक अफवाह है इमें पांच लाख तक ट्रैक्टर वो सस्ता वगैरह नहीं होना है अगर व् तो वह हों कोई लाख डेढ़ तक ठीक हो गया जी ये सब अफवाह है कि ਇਨਾਂ ਗੱਲਾਂ ਦੇ ਉੱਪਰ ਦੋਸਤ ਲੱਗ ਕੇ ਆਪਣੀ ਜਿਹੜੇ ਪੁਰਾਣੇ ਟਰੈਕਟਰ ਨੂੰ ਉਹ ਸੇਲ ਕਰ ਦਿੰਦੇ ਨੇ ਟਰੈਕਟਰ ਜਿਹੜੇ ਨੇ ਉਹ ਸਸਤੇ ਹੋਣ ਵਾਲੇ ਨੇ ਕਿ ਸਾਡਾ ਜਿਹੜਾ ਟਰੈਕਟਰ ਹੈ ਉਹ ਕਿਤੇ ਸਸਤਾ ਨਾ ਵਿਕ ਜੇ ਇਸ ਕਰਕੇ ਲੋਕ ਜਲਦੀ ਜਲਦੀ ਕਟਾਖਾ ਅੱਗੇ ਦੇ ਵੇਚ ਦਿੰਦੇ ਨੇ ਲਿਆਜ਼ਾ ਤੁਸੀਂ ਉਹ ਕੰਮ ਨਾ ਕਰੋ ਨੈਕਸਟ ਮਰਜ਼ੀ ਦੇ ਜਦੋਂ ਨਿਊ ਅਪਡੇਟ ਆਉਂਦੀ ਹੈ ਔਰ ਉਸ ਤੋਂ ਪਹਿਲੇ ਪਹਿਲੇ ਮੈਂ ਆਪਣੀ ਕੋ ਮੋਬਾਈਲ ਦੀ ਸੈਟਿੰਗ ਵਗੈਰਾ ਕੋ ਹੋਰ ਵੀ ਕੱਪਸਰੇ ਡਾਟਾ ਵਗੈਰਾ ਕਲੀਅਰ ਹੋ ਜਾਏਗਾ ਤਾਂ ਨੈਕਸਟ ਵੀਡੀਓ ਜਮ ਇਨਸ਼ਾਅੱਲਾ ਦੋਸਤਾਂ ਜਨਾਬ ਪੂਰੀ ਅਪਡੇਟ ਜਿਹੜੀ ਉਹ ਸ਼ੇਅਰ ਕਰ ਦਾਂਗਾ